ਤੁਸੀਂ ਝੂਠ ਮਾਰ ਕਦੋਂ ਸ਼ਿਕਾਇਤ ਆ? ਇਹਦਾ ਕੀ ਮਤਲਬ ਆ? ਇੱਕ ਦਿਨ ਵੀ ਕਿਸ ਕਿਸੇ ਉਹ 5 ਸਾਲ ਨਹੀਂ ਲੱਭਾ। ਕਹਿੰਦੇ ਕੰਮ ਤਾਂ ਤੁਸੀਂ ਵੀ ਨਹੀਂ ਕਰਵਾਏ ਹੈ। ਜਿਹੜਾ ਬੰਦਾ ਰਾਤ ਦਿਨ ਮਿਹਨਤ ਕਰਨ ਵਾਲਾ 18-18 ਘੰਟੇ ਜਾ ਕੇ ਇਹਨਾਂ ਲੋਕਾਂ ਵਾਸਤੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਕੇ, ਸਾਡਾ ਜਿਹੜਾ ਉਮੀਦਵਾਰ ਇਸ ਵੇਲੇ ਲੋਕ ਸਭਾ ਦਾ, ਉਹ ਦਰਵਾਜ਼ੇ ਖੜਕਾ ਕੇ ਕਹਿੰਦਾ ਵੀ ਕੰਮ ਦੱਸੋ। 72 ਸਾਲਾਂ 'ਚ ਕੋਈ ਕੰਮ ਨਹੀਂ ਹੋਇਆ, ਤੁਸੀਂ ਕੀ ਕਹਿਣਾ? ਆ ਜਨਾਬ, ਜਿੱਥੇ ਆਪਾਂ ਖੜੇ ਹਾਂ ਸਾਰੇ ਕਾਂਗਰਸ ਸਿੰਘ ਮਹਿਤਾਬ ਸਿੰਘ ਟਰੱਸਟ ਬਣਿਆ ਸੀ, ਸਰਦਾਰ ਪਿਆਰਾ ਸਿੰਘ ਘੁਮਾਨ ਇਹਨਾਂ ਦੇ ਡੈਡੀ ਉਹ ਟਰੱਸਟ ਦੇ ਚੇਅਰਮੈਨ ਸੀ, ਮੈਂ ਜਨਰਲ ਸਕੱਤਰਾ। ਅਸੀਂ 100 ਬੰਦੇ ਨੇ 1000-1000 ਪਾ ਕੇ 1 ਲੱਖ ਰੁਪਇਆ ਲਾ ਕੇ ਬੁੱਤ ਲਾਏ ਨੇ, ਇਹ ਕਾਂਗਰਸ ਦੀ ਦੇਣ ਨਹੀਂ। ਇੰਡਾਟਰ ਦਾ ਕੀ ਹਾਲ ਹੈ ਵੇਖੋ, ਦਿਨੇ ਦੁਗਾਰੇ ਡੈਕਾਤੀਆਂ, ਔਰ ਸਭ ਤੋਂ ਵੱਡੀ ਗੱਲ ਹੈ ਬੱਸਾਂ 'ਚ ਲੁੱਟਾਂ ਸ਼ਰੇਆਮ ਹੋ ਰਹੀਆਂ। ਨਹੀਂ ਮੇਰੀ ਗੱਲ ਸੁਣੋ, ਇਹ ਪਾਰਟੀਆਂ ਦਾ ਦਲ ਬਦਲ ਕੋਈ ਨਵਾਂ ਸ਼ੁਰੂ ਹੋਇਆ? ਇਹ ਇਲੈਕਸ਼ਨ ਦੇ ਦੌਰ ਵਿੱਚ ਦਲ ਬਦਲ ਹੁੰਦੇ ਰਹਿੰਦੇ ਨੇ, ਇਹ ਨੋਰਮਲੀ ਗੱਲ ਹੈ। ਜਿਹਨੂੰ ਜਿੱਥੇ ਸੂਟ ਕਰਦਾ ਉਹ ਚਲਾ ਜਾਂਦਾ। ਇੰਨਾ ਕੁ ਚੰਗਾ ਬੋਲਦੀਆਂ ਨੇ ਦੋਨੇ ਸਰਕਾਰਾਂ ਕਿ ਜਿੱਦਾਂ ਇਹਨਾਂ ਤੋਂ ਪਿਆਰ ਵੱਧ ਕੇ ਕਿਸੇ ਦਾ ਹੈ ਹੀ ਨਹੀਂ ਆ। ਕਿਸੇ ਦਾ ਕਾਰਡ ਕਿਸੇ ਦੀ ਬਿਨਾਂ ਮਨਜ਼ੂਰੀ ਤੋਂ, ਇੱਕ ਤਾਂ ਤੱਲੇ ਮਾਰ ਮਾਰ ਮਰਜ਼ੀ ਦਾ ਕਿਸੇ ਦਾ ਕਾਰਡ ਨਹੀਂ ਬਣਦਾ। ਤੁਸੀਂ 4 ਤਰੀਕ ਨੂੰ ਵੇਖ ਲਿਓ ਪ੍ਰਧਾਨ ਮੰਤਰੀ ਮੋਦੀ 400 ਤੋਂ ਵੱਧ ਸੀਟਾਂ ਲਾ ਕੇ ਯੂਰੀਆ ਦੀ ਬੋਰੀ ਤੇ 600 ਰੁਪਏ ਸਬਸਿਡੀ ਆਉਂਦੀ ਆ, ਠੀਕ ਆ। ਫਸਲ ਬੀਮਾ ਯੋਜਨਾ ਦਾ ਪੈਸਾ ਆਉਂਦਿਆ ਵਾ। ਕਿਸਾਨ ਦੁਖੀ ਆ, ਇਹ ਆਪ ਬੈਠੇ ਆ, ਕੋਈ ਪਾਰਟੀ ਨਹੀਂ ਸਾਡੇ ਹੱਕ 'ਚ, ਅਸੀਂ ਕਿਸੇ ਪਾਰਟੀ ਨੂੰ ਮੰਨਦੇ। ਸਾਡੀ ਪਾਰਟੀ ਕਿਸਾਨ ਵਿਰੋਧੀ ਨਹੀਂ ਹੈਗੀ, ਕਿਸਾਨ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਨਾਲ ਆ। ਪਰ ਪ੍ਰੋਟੈਸਟ ਕਰਨ ਦਾ ਕੋਈ ਤਰੀਕਾ ਵਾ? ਅਸੀਂ ਜੇ ਤੁਹਾਡੀ ਕੋਈ ਮੁਸ਼ਕਲ ਹੈ ਤੁਸੀਂ ਮਿਲ ਕੇ ਸਾਡੀ ਜਿਹੜੀ ਸਰਕਾਰ ਹੋ ਕੇ ਹੱਥ ਹੱਥ ਰੱਖੋ, ਗੱਲਬਾਤ ਨਾਲ ਹੱਲ ਹੋਏਗੀ। ਸਰਕਾਰਾਂ ਨੂੰ ਸਵਾਲ ਨਹੀਂ ਕਰਨ ਦਿੰਦੇ। ਸਾਡਾ ਪੱਤਰਕਾਰ ਵੀਰ ਸੁਜਾਨਪੁਰ, ਉਹਦੇ ਚਪੇੜ ਮਾਰ ਕੇ ਉਹਨੂੰ ਸੁੱਟ ਦਿੱਤਾ, ਮੈਨੂੰ ਦੱਸੋ ਉਹਨੂੰ ਇਨਸਾਫ਼ ਮਿਲਿਆ? ਉਹ ਤੁਹਾਡੀ ਗੱਲ ਠੀਕ ਆ, ਪਰ ਇਸ ਵਕਤ ਆਪਾਂ ਜਿਹੜੀ ਗੁਰਦਾਸਪੁਰ ਜਿਹੜੀ ਲੋਕ ਸਭਾ ਸੀਟ ਆ ਉਹਦੀ ਗੱਲ ਕਰ ਰਹੇ ਹਾਂ ਵੀ ਆਪਾਂ ਨੂੰ ਇਹਨਾਂ ਦੀ ਕਮੇਟੀ ਸੀ ਇੱਥੇ, ਇਹ ਕਹਿੰਦੇ ਬਾਜਵਾ ਸਾਹਿਬ ਕੋਲ ਪੈਸਾ ਆਇਆ, ਅਸੀਂ ਸਾਰਾ ਅਸੀਂ ਕਰ ਰਹੇ ਹਾਂ, ਤੇ ਇਹਨਾਂ ਨੇ ਕੀਤਾ ਕਿਉਂ ਨਹੀਂ? ਫਿਰ ਅੱਜ ਬਾਜਵਾ ਸਾਹਿਬ ਨੂੰ ਚੁੱਕ ਕੇ ਹੁਸ਼ਿਆਰਪੁਰ 'ਚ ਪ੍ਰਭਾਰੀ ਲਾਤਾ ਵਾ, ਜੇ ਇਹਨੇ ਪਾਪੂਲਰ ਸੀ ਤੇ ਇੱਥੇ ਕਿਉਂ ਨਹੀਂ ਰੱਖਿਆ? ਇਹ ਕਹਿੰਦੇ ਆ ਜੀ ਕੰਮ ਨਹੀਂ ਕਰਦੇ, ਸਾਡੀ ਇੱਕੋ ਇੱਕ ਪਾਰਟੀ ਆ ਹਿੰਦੁਸਤਾਨ ਜਿਹੜੀ ਕੰਮ ਦੀ ਰਾਜਨੀਤੀ ਕਰਦੀ, ਚੰਮ ਦੀ ਨਹੀਂ। ਇਹਨਾਂ ਦੇ ਚੰਮ ਵਾਲੇ ਬੰਦੇ ਪਹਿਲਾਂ ਸੰਨੀ ਦਿਓਲ ਲਿਆਂਦਾ, ਉਸ ਤੋਂ ਪਹਿਲਾਂ ਵਿਨੋਦ ਖੰਨਾ ਲਿਆਂਦਾ, ਪਰ ਸਾਡਾ ਬੱਬਰ ਸ਼ੇਖ ਸ਼ਹਿਰੀ ਕਲਸੀ ਉਹ ਬੰਦਾ ਹੈ ਜਿਸਨੇ 2 ਸਾਲਾਂ ਦੇ ਵਿੱਚ ਸਬਜ਼ੀ ਮੰਡੀ ਦਾ ਸ਼ੈੱਡ ਜ਼ਰੂਰ ਵਿਖਾਇਓ, ਇਹਨਾਂ ਨੂੰ ਵਿਖਾਇਓ ਸਾਰਿਆਂ ਨੂੰ, ਤਰਲੇ ਮਾਰਦੇ ਮਰ ਕੇ ਸਾਰੇ ਸਾਡੇ ਹੜਦੀ, ਇਹਨਾਂ ਛੱਡ ਨਹੀਂ ਬਣਾਇਆ ਸਾਡੇ ਵੀਰ ਨੇ 2 ਸਾਲਾਂ 'ਚ ਬਣਾ ਕੇ 15 ਕਰੋੜ ਰੁਪਇਆ ਲਿਆ ਕੇ MLA ਸ਼ਹਿਰੀ ਕਲਸੀ ਬਟਾਲੇ ਦੇ ਚੌਂ ਸਵਾਰ ਸਕਦਾ, ਸੜਕਾਂ ਸਵਾਰ ਸਕਦਾ, 350 ਕਰੋੜ ਰੁਪਇਆ ਆਇਆ ਬਾਬੇ ਦੇ ਵਿਆਹ ਤੇ, ਇੱਥੇ 350 ਕਰੋੜ ਰੁਪਇਆ ਦੱਸੋ ਕਿੱਥੇ ਲੱਗਾ? ਕਿੱਥੇ ਲੱਗਾ? ਕਾਂਗਰਸੀਆਂ ਨੇ, BJP ਦੇ ਕਾਂਗਰਸੀਆਂ ਨੇ ਕਿੱਥੇ ਲਾਇਆ? ਇਹ ਸਭ ਖਾ ਗਏ ਨੇ। ਆਪਾਂ BJP ਨੂੰ ਪੁੱਛ ਲੈਂਦੇ ਹਾਂ, BJP ਨੂੰ ਪੁੱਛ ਲੈਂਦੇ ਹਾਂ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਉਹ ਕਹਿੰਦੇ ਤੁਹਾਨੂੰ ਕਿਸ ਮੁੱਦੇ ਤੇ ਅਸੀਂ ਜਿਹੜੀ ਵੋਟ ਪਾਈ ਹੈ, ਕਿਉਂਕਿ ਤੁਸੀਂ ਕੰਮ ਹੀ ਕੋਈ ਨਹੀਂ ਕੀਤਾ ਉਹਨਾਂ ਨੇ 2.5 ਸਾਲਾਂ 'ਚ। BJP ਨੇ ਕੀਤਾ, 500 ਕਰੋੜ ਸੈਂਟਰ ਨੇ ਭੇਜਿਆ, ਇਹਨੇ ਪੰਜਾਬ ਸਰਕਾਰ ਨੇ 2 ਰੁਪਏ ਦੀ ਕਣਕ ਵੀ ਬੰਦ ਕਰਤੀ, ਚੋਰੀਆਂ ਅੰਮ੍ਰਿਤ ਯੋਜਨਾ ਨਾਲ ਹੋਈਆਂ, ਕਿਉਂਕਿ ਉਹ ਕਹਿੰਦੇ MP ਦਾ ਕੰਮ ਐਂਬੂਲੈਂਸਾਂ ਦੇਣਾ ਨਹੀਂ ਹੁੰਦਾ, ਇੱਥੇ ਸਕੀਮਾਂ ਲਾਗੂ ਨਹੀਂ ਹਨ। ਕੀ ਇਹ ਇਸ ਖੇਤਰ ਦੇ ਵਿੱਚ ਸਕੀਮਾਂ ਲਾਗੂ ਨਹੀਂ ਹਨ ਸਰਕਾਰ ਦੀਆਂ? ਇਹ ਦੱਸਿਆ
ਕੀਤਾ ਜਾਵੇ ਕਿ ਲੋਕ ਇਹਦਾ ਬੈਨੀਫਿਟ ਨਹੀਂ ਲੈ ਰਹੇ, ਕਿੰਨੇ ਲਾਭਾਰਥੀ ਨੇ ਇਸ ਇਲਾਕੇ ਦੇ ਵਿੱਚ, ਲੋਕਾਂ ਦੇ ਵਿੱਚ ਸੈਂਟਰ ਬਣਾ ਰਹੀ ਹੈ ਪਰ ਆਪਾਂ ਲੋਕਾਂ ਦੇ ਵਿੱਚ ਲਾ ਐਂਡ ਆਰਡਰ ਦਾ ਕੀ ਹਾਲ ਹੈ? ਵੇਖੋ ਦਿਨੇ ਦਗਾਰੇ ਡਕੈਤੀਆਂ ਔਰ ਸਭ ਤੋਂ ਵੱਡੀ ਗੱਲ ਹੈ ਬੱਸਾਂ 'ਚ ਲੁੱਟਾਂ ਸ਼ਰੇਆਮ ਹੋ ਰਹੀਆਂ। ਪਰ ਆਪਾਂ ਕਿਹੋ ਜੀ ਸਰਕਾਰ ਹੈ? ਪਰ ਮੋਦੀ ਸਾਹਿਬ ਕਹਿੰਦੇ ਅਬ ਕੀ ਬਾਰ 400 ਪਾਰ, 400 ਪਾਰ। ਇਸ ਮੁੱਦੇ ਤੇ ਲੜੋਗੇ ਤੁਸੀਂ? ਸਾਰੇ ਮੁੱਦਿਆਂ ਤੇ ਦੇਸ਼ ਦੀ ਉਨਤੀ, ਪੰਜਵੇਂ ਚਰਨ ਦੀ ਦੇਸ਼ ਦੀ ਸੁਰੱਖਿਆ। ਅੱਜ ਕਿਤੇ ਵੀ ਬੰਬ ਬਲਾਸਟ ਹੋਇਆ, ਕਿਤੇ ਵੀ ਕੋਈ ਆਤੰਕਵਾਦ ਦਾ ਅਟੈਕ ਜਿਹੜਾ ਬਾਕੀ ਸਾਰੇ ਦੇਸ਼ ਹੁੰਦਾ ਹੀ ਹੋਇਆ, ਫਿਰ ਪੰਜਾਬ 'ਚ ਜਿੰਨਾ ਕ੍ਰਾਈਮ ਵਧਿਆ ਇੰਨਾ ਕਿਸੇ ਹੋਰ ਸਟੇਟ 'ਚ ਹੈਗਾ? ਵਿਰੋਧੀ ਕਹਿੰਦੇ ਤਾਂ ਤੁਸੀਂ ਕਰਾਉਂਦੇ ਵੀ ਸਾਡਾ ਰਾਜ, ਵਿਰੋਧੀਆਂ ਦਾ ਕੰਮ ਹੀ ਆਈ, ਵਿਰੋਧੀਆਂ ਦਾ ਕਹਿਣਾ ਹੀ ਹੈ। ਆਪਾਂ ਲੜ ਰਹੇ ਹਾਂ ਚੋਣ, ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਨੇ ਜੋ ਵਿਕਾਸ ਦੇ ਕੰਮ ਕੀਤੇ ਆ ਪੰਜਾਬ ਦੇ ਵਿੱਚ, ਜੋ ਕੁਝ ਵੀ ਪੰਜਾਬ ਦੇ ਵਿੱਚ ਬਣਿਆ ਵਾ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਸਮੇਂ ਹੀ ਬਣਿਆ, ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਅਗਵਾਈ ਵਾਲੀਆਂ ਸਰਕਾਰਾਂ ਵਿੱਚ ਬਣਿਆ।